जी सत श्री अकाल सारिया नूं। मैं गुलविंदर सिंह बराड़ ते अज है कि 5 अप्रैल 2021। अज आपां गल करनी आ कंट्रोल्ड नेशनल न्यूज़ चैनल दी। ते ऊं इक इक वैसे बीबीसी भी हैगा, ब्रिटिश ब्रेन वाशिंग कंपनी भी हैगी वैसे इक। लो अज आपां इहदे ते गल करदे आ, दूजे ते कंट्रोल्ड नेशनल न्यूज़ जिहड़ा हैगा इक चलदा GNN। ते उहदे ते हुण देखो किवें, इस तों बाद मैं प्ले करदा, देखो भी किवें उह लगे पए आ। उहनां नूं फिकर लग्गिया पिआ भई एकदम भई रीओपनिंग नहीं करनी, कि हजे वैक्सीन हजे लगी नहीं सारिआं दे, भई जे आपां वैक्सीन कह लो भई ला के ते लोकां नूं इह कहता भई तुसीं ठीक हो जाओगे, भई तुसीं हुण आपदे भई तुहानूं पासपोर्ट मिल गिआ इक तर्हां दा, जाणी तुहानूं टिकट मिल गई घुम्मण फिरन नूं, भई हुण तुहाडा टीका लग्गिआ होइआ ते हुण ओके आ भई आपां रीओपन कर दिंदे आ। इस ना 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 ना, कहिंदे इह नहीं करना, ਇਹ ਜੇ ਕਰਤਾ ਫੇਰ ਤਾਂ ਲੋਕ ਸਾਰੇ ਬਾਹਰ ਨਿਕਲ ਜਾਣਗੇ ਤੇ ਉਹ ਇੰਜੋਏ ਕਰਨ ਲੱਗ ਜਾਣਗੇ ਪੂਰਾ ਪੂਰਾ, ਤੇ ਫੇਰ ਜਿਹੜੇ ਜਿਨ੍ਹਾਂ ਨੇ ਲੱਗੇ ਨਹੀਂ ਟੀਕੇ ਤੇ ਨਾਲ ਫਿਰ ਉਹ ਵੀ ਜਾਨੀ ਕਹਿ ਲਓ ਵੀ ਫੇਰ ਤਾਂ ਫਿਰ ਆਪਣਾ ਜਾਨੀ ਜਿਹੜਾ ਹੋਊਗਾ ਵਾ ਉਹ ਫਿਰ ਆਪਣਾ ਕੰਮ ਨਹੀਂ ਆਉਣਾ। ਹੁਣ ਇਹ ਆ ਵੀ ਕਹਿੰਦੇ ਬਹੁਤ ਥੋੜੀ ਸ਼ਾਰਟ ਟਾਈਮ ਜਾਨੀ ਹੈਗਾ ਆਪਣੇ ਕੋਲੇ, ਜਾਨੀ ਸ਼ਾਰਟ ਵਿੰਡੋ ਆਫ ਟਾਈਮ ਜਿਹਦੇ ਵਿੱਚ ਆਪਾਂ ਵੀ ਇੱਕਦਮ ਸਾਰੀ ਪਾਪੂਲੇਸ਼ਨ ਤੇ ਲਾ ਕੇ ਫਟਾਫਟ ਟੀਕੇ, ਤੇ ਫਿਰ ਆਪਾਂ ਕਹੀਏ ਲਓ ਜੀ ਹੁਣ ਟੀਕੇ ਲਾ ਕੇ ਹੁਣ ਆਪਾਂ ਖੋਲਦਾ ਹੁਣ ਓਕੇ ਕੋਈ ਚੱਕਰ ਨਹੀਂ। ਉਹ ਕਹਿੰਦੇ ਵੀ ਜੇ ਹੁਣ ਥੋੜੇ ਲੋਕਾਂ ਦੇ ਲੱਗੇ ਆ ਤੇ ਹੁਣੇ ਆਪਾਂ ਰੀਓਪਨਿੰਗ ਕਰ ਦਿੱਤੀ, ਫੇਰ ਤਾਂ ਨਾਲ ਮੰਨ ਲਓ 10% ਲੋਕਾਂ ਦੇ ਲੱਗੇ ਆ ਤੇ 90% ਲੋਕ ਕਹਿਣਗੇ ਵੀ ਠੀਕ ਆ ਓਕੇ ਆ ਹਰ ਕੋ ਰੀਓਪਨ ਹੋ ਗਿਆ। ਹੁਣ ਰੀਓਪਨਿੰਗ ਦਾ ਪਾਲਿਸੀ ਦਾ ਪੰਗਾ ਪਿਆ ਹੋਇਆ ਵੀ ਕਰੀਏ ਨਾ ਕਰੀਏ, ਉਹ ਸਟੇਟਾਂ ਕਹਿੰਦੀਆਂ ਅੱਧੀਆਂ ਕਹਿੰਦੇ ਕਰ ਦਿੰਨੇ ਆ ਤੇ ਅੱਧੇ ਕਹਿੰਦੇ ਵੀ ਨਹੀਂ ਕਰਨੇ, ਜਾਨੀ ਇਹਦੇ ਤੇ ਹੁਣ ਕੰਮ ਹੁਣ ਦੇ ਹਿਸਾਬ ਲਾ ਲਓ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਇਹ ਗੱਲ ਦਾ ਵੀ ਜੇ ਅਸੀਂ ਥੋੜੇ ਲੋਕਾਂ ਦੇ ਟੀਕੇ ਲਾਏ ਆ ਤੇ ਹੁਣ ਰੀਓਪਨ ਕਰਦੇ ਆ ਤਾਂ ਮੁੜ ਕੇ ਪੰਗਾ ਇਹ ਪੈਣਾ ਬਾਕੀਆਂ ਨੇ ਲਵਾਉਣੇ ਨਹੀਂ, ਜਿਹੜੇ ਲਵਾਉਣੇ ਨਹੀਂ, ਜਾਨੀ ਜਿਹੜਾ ਅਸੀਂ ਐਕਸਪੈਰੀਮੈਂਟਲ ਜਾਨੀ ਟੀਕਾ ਜਾਨੀ ਜਾਨੀ ਇੱਕ ਤਰ੍ਹਾਂ ਦਾ ਜਿਹਦਾ ਹਜੇ ਪਤਾ ਹੀ ਨਹੀਂ ਵੀ ਇਹਦਾ ਲੌਂਗ ਟਰਮ ਇਫੈਕਟ ਜਾਂ ਹੋਰ ਕੀ ਆ, ਵੀ ਇਹਦੇ ਵਿੱਚ ਹੈਗਾ ਕੀ ਆ, ਇਹਦੇ ਅਸਰ ਕੀ ਹੋਣੇ ਆ ਇਹਦੇ, ਠੀਕ ਆ। ਵੈਸੇ ਤਾਂ CDC ਨੇ ਆਪ ਹੀ ਮੰਨਿਆ ਹੋਇਆ ਵਾ ਬਈ ਜਿਹੜੇ ਇਹ ਟੀਕੇ ਆ ਦੋ ਤਿੰਨ, ਇੱਕ ਪੀਫਾਈਜ਼ਰ ਤੇ ਉਹ ਨਹੀਂ ਸੋਰੀ ਇੰਗਲੈਂਡ ਦੀ ਉਹਨੇ, ਤੇ ਉਹ ਕਹਿੰਦੇ ਜਿਹੜਾ ਮੈਡੀਕਲ ਜਨਰਲ ਉਹਦੇ ਵਿੱਚ ਇਹ ਮੰਨਿਆ ਉਹਨਾਂ ਨੇ ਵੀ 10% ਮੌਤਾਂ ਹੋ ਰਹੀਆਂ ਵਾ ਟੀਕਿਆਂ ਦੇ ਨਾਲ, ਇੱਕ ਪੀ ਫਾਈਜ਼ਰ ਤੇ ਇੱਕ ਹੋਰ ਕੇ ਜਿਹੜੀ ਕੰਪਨੀ ਹੈ ਜਿਹੜੀ ਦੂਜੀ ਮਡੇਰਾ ਪਤਾ ਨਹੀਂ ਕਿਹੜੀ, ਮੈਂ ਤੁਹਾਨੂੰ ਦੁਬਾਰੇ ਫੋਟੋ ਵੀ ਪਾ ਦੂੰਗਾ ਇਹਦੇ ਵਿੱਚ, ਤੇ ਉਹਦੇ ਨਾਲ 10% ਮੌਤਾਂ ਵੈਕਸੀਨ ਨਾਲ ਹੋ ਰਹੀਆਂ, ਤੇ ਜਿਹੜਾ ਓਵਰਆਲ ਇਹਦੇ ਨਾਲ ਹੈਗਾ ਆਪਣਾ ਵਾਇਰਸ ਦੀ ਡੈਥ ਰੇਟ ਆ ਉਹ ਹੈਗੀ ਆ 98% ਦਾ ਸਰਵਾਈਵਲ ਆ, ਠੀਕ ਆ, ਤੇ 2% ਆ, 2 ਤੋਂ ਵੀ ਵੈਸੇ ਤਾਂ 0.001 ਕਿਹਾ ਹੋਇਆ ਇਹਨਾਂ ਨੇ, ਵੈਸੇ ਚਲੋ ਆਪਾਂ 2% ਵੀ ਲਾ ਕੇ ਚੱਲ ਪਈਏ, 100 ਮਗਰ 2 ਬੰਦੇ ਮਰਦੇ ਆ ਵਾਇਰਸ ਦੇ ਨਾਲ, ਉਹ ਇਹਨਾਂ ਦਾ ਡਾਟਾ ਕਹਿੰਦਾ, ਤੇ ਪਰ ਟੀਕੇ ਦੇ ਨਾਲ ਮਰ ਰਹੇ ਆ 10% 100 ਮਗਰ 10 ਮਰਦੇ ਆ, ਤਾਂ ਹੁਣ ਇਹ ਹਿਸਾਬ ਲਾਓ ਫਿਰ, ਜਾਨੀ ਟੀਕੇ ਨਾ ਮਰਨਾ ਜਾਂ ਤੁਸੀਂ ਕਹ ਲਓ ਵੀ ਵਾਇਰਸ ਨਾ ਮਰਨਾ, ਤੇ ਹੁਣ ਆਪ ਹੀ ਹੁਣ ਸਾਰਾ ਕੁਝ ਇਹਨਾਂ ਦੇ ਭਾਈ ਉਹਦੇ ਤੇ ਹੈਗਾ, ਤੇ ਹੁਣ ਆਪਾਂ ਨੂੰ ਜੇ ਨਹੀਂ ਦੀਂਦਾ ਤਾਂ ਦੇ ਆਪਾਂ ਕੀ ਕਰ ਸਕਦੇ ਆ। ਇਸ ਕਰ ਆਪ ਹੀ ਹੁਣ ਸੁਣ ਲਓ ਇਹਨਾਂ ਨੂੰ ਫਿਕਰ ਕਿੰਨਾ ਲੱਗਿਆ ਪਿਆ ਵੀ ਰੀਓਪਨਿੰਗ ਵੀ ਕਰ ਦਈਏ ਜਾਂ ਨਾ ਕਰ ਦਈਏ, ਜੇ ਕਰਤੀ ਤਾਂ ਲੋਕਾਂ ਨੇ ਕਹਿਣਾ ਵੀ ਸਭ ਕੁਝ ਠੀਕ ਹੋ ਗਿਆ ਹੁਣ ਟੀਕਿਆਂ ਦੀ ਲੋੜ ਨਹੀਂ, ਜੇ ਨਾ ਕਰੀ ਤਾਂ ਊ ਹੁਣ ਫਲੂ ਸੀਜ਼ਨ ਜਿਹੜਾ ਉਹ ਖਤਮ ਹੋ ਚੁੱਕਿਆ ਵੈਸੇ ਤਾਂ, ਕਿਉਂਕਿ ਸਤੰਬਰ ਅਕਤੂਬਰ ਤੋਂ ਸ਼ੁਰੂ ਹੁੰਦਾ ਹੁੰਦਾ ਉਦੋਂ ਇਹ ਕੇਸ ਸਾਰੀ ਦੁਨੀਆ ਦੇ ਵਿੱਚ ਵਧਾ ਦਿੰਦੇ ਆ, ਜਾਨੀ ਜਿੱਥੇ ਜਿੱਥੇ ਵਿੰਟਰ ਹੁੰਦੀ ਆ, ਕੈਨੇਡਾ ਅਮਰੀਕਾ ਦੇ ਵਿੱਚ ਜਿਵੇਂ ਵਿੰਟਰ ਹੁੰਦੀ ਆ ਉਦੋਂ ਕੇਸ ਵੱਧ ਜਾਂਦੇ ਆ, ਹੁਣ ਫਲੂ ਸੀਜ਼ਨ ਖਤਮ ਹੋ ਚੁੱਕਿਆ ਤਾਂ ਹੁਣ ਊ ਵੀ ਕੇਸ ਆਉਣੇ ਨਹੀਂ ਸੀ ਨਵੇਂ ਘਟ ਜਾਣੇ ਆ, ਤੇ ਹੁਣ ਗਰਮੀਆਂ ਮਾ ਤੇ ਲੋਕਾਂ ਨੇ ਘੁੰਮਣ ਫਿਰਨ ਜਾਣਾ ਤੇ ਰੀਓਪਨਿੰਗ ਕਰਨੀ ਪੈਣੀ ਆ, ਤੇ ਹੁਣ ਪੂਰਾ ਜਾਣੀ ਇਹਨਾਂ ਦਾ ਫਿਕਰ ਲੱਗਿਆ ਪਿਆ। ਤੁਸੀਂ ਬਾਕੀ ਆਪ ਸੁਣ ਲਓ ਹੁਣ ਇਹ ਕੀ ਕਹਿ ਰਹੇ ਆ। ਓਕੇ ਜੀ, ਧੰਨਵਾਦ ਸਾਰਿਆਂ ਦਾ। It's clear to them that the vaccine is the ticket back to pre-pandemic life. And the window to do that is really narrowing. I mean, you were mentioning, Chris, about how all these states are reopening. They're reopening at 100%. And we have a very narrow window to tie reopening policy to vaccination status. Because otherwise, if everything is reopened, then what's the carrot going to be? How are we going to incentivize people to actually get the vaccine? So that's why I think the CDC and the Biden administration needs to come out a lot bolder and say, if you're vaccinated, you can do all these things. Here are all these freedoms that you have. Because otherwise,
people are going to go out and enjoy these freedoms anyway. It's clear to them that the vaccine is the ticket back to pre-pandemic life. And the window to do that is really narrowing. I mean, you were mentioning, Chris, about how all these states are reopening. They're reopening at 100%. And we have a very narrow window to tie reopening policy to vaccination status. Because otherwise, if everything is reopened, then what's the carrot going to be? How are we going to incentivize people to actually get the vaccine? So that's why I think the CDC and the Biden administration needs to come out a lot bolder and say, if you're vaccinated, you can do all these things. Here are all these freedoms that you have. Because otherwise, people are going to go out and enjoy these freedoms anyway.